देखो तुहानू सारयां नू इस गल दा पता है, पिछे जिहड़ी अखबारां च बड़ी चर्चा बड़ी सी, चर्चा नहीं सी ओह ठीक वी सी, जिस वेले चंडा शुगर मिल दा जिहड़ा सीरा सीगा ਉਹ ਸਾਰਾ ਉੱਥੋਂ ਲੀਕ ਹੋ ਗਿਆ ਜਦੋਂ ਬਲਾਸਟ ਹੋਇਆ ਜਿਹੜਾ ਬਾਇਲਰ ਸੀ ਉਹਦੇ ਨਾਲ ਸੀਰਾ ਦਰਿਆ 'ਚ ਆਉਣ ਨਾਲ ਕਾਫੀ ਮੱਛੀਆਂ ਜਿਹੜੀਆਂ ਸੀ ਉਹ ਮਰ ਗਈਆਂ ਸੀਗੀਆਂ ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਕਿਉਂਕਿ ਸਾਡੇ ਦਰਿਆਵਾਂ ਦੀ ਜਿਹੜੀ ਸ਼ਾਨ ਆ ਉਹ ਜਿੰਨਾ ਚਿਰ ਇੰਨਾ ਚਿਰ ਜੀਵ ਜੰਤੂ ਨਹੀਂ ਕਿਉਂਕਿ ਮੱਛੀਆਂ ਜ਼ਿਆਦਾ ਜਿਹੜੀਆਂ ਪਾਣੀ 'ਚ ਤੁਹਾਨੂੰ ਪਤਾ ਹੁੰਦੀਆਂ ਨੇ ਸੋ ਇਸ ਕਰਕੇ ਇਸ ਗੱਲ ਦਾ CM ਸਾਹਿਬ ਨੇ ਬੜਾ ਵੱਡਾ ਨੋਟਿਸ ਲਿਆ ਸੀ ਕਿ ਜਿੰਨੀਆਂ ਕੁ ਮੱਛੀਆਂ ਮਰੀਆਂ ਨੇ ਓਨੀਆਂ ਮੱਛੀਆਂ ਦਰਿਆ 'ਚ ਦੁਬਾਰਾ ਛੱਡੀਆਂ ਜਾਣ ਸੋ ਅੱਜ ਅਸੀਂ ਦੀਪ ਸਾਹਿਬ ਦੇ ਨਾਲ ਨੇ ਸਾਡੇ ਚੇਅਰਮੈਨ ਨੇ ਸੋ ਨਾਲ ਹੀ ਸਾਰੇ ਅਫਸਰ ਸਮਾਨ ਨੇ ਸੋ ਅੱਜ ਅਸੀਂ ਲੱਖ ਦੇ ਕਰੀਬ ਪੂੰਗ ਜਿਹੜੇ ਛੋਟੇ ਪੂੰਗ ਨੇ ਮੱਛੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਮੱਛੀਆਂ ਦਾ ਰੂਪ ਧਾਰਨਾ ਸੋ ਅੱਜ ਅਸੀਂ ਦਰਿਆ ਬਿਆਸ 'ਚ ਛੱਡੀਆਂ ਨੇ ਸੋ ਇਹ ਜਲਦੀ ਜਿਹੜੀਆਂ ਇਹ ਵੱਡੀਆਂ ਹੋ ਕੇ ਜਿੰਨਾ ਸਾਡਾ ਲੌਸ ਹੋਇਆ ਸੀ ਉਹਨਾਂ ਨੂੰ ਪੂਰਾ ਕਰ ਲਈਆਂ ਵੇਖੋ ਗੱਲ ਸੁਣੋ ਮੇਰੀ ਇਹ ਤੋਂ ਵੱਡੀ ਕਾਰਵਾਈ ਕੀ ਹੋ ਸਕਦੀ ਆ ਉਹਨੂੰ 5 ਕਰੋੜ ਰੁਪਇਆ ਜੁਰਮਾਨਾ ਕੀਤਾ ਉਹ ਅੱਜ ਵੀ ਮਿੱਲ ਬੰਦ ਪਈ ਆ ਨਹੀਂ 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 ਜੀ ਨਹੀਂ ਜਾ ਕੇ ਸ਼ੂਗਰ ਮਿੱਲ ਵੇਖੋ ਜਿਹੜੀ ਉਹ ਬੰਦ ਪਈ ਆ ਬਿਲਕੁਲ ਗਲਤ ਗੱਲ ਆ ਇੱਕ ਉਹਨਾਂ ਦੇ ਪਾਰਟ 'ਚ ਦੂਜੇ ਪਾਰਟ 'ਚ ਜਿੱਥੇ ਉਹਨਾਂ ਦੀ ਬੋਟਲਿੰਗ ਪਲਾਂਟ ਆ ਜਿੱਥੇ ਉਹਨਾਂ ਦਾ ਬੋਟਲਿੰਗ ਪਲਾਂਟ ਆ ਉਹ ਸੈਪਰੇਟ ਆ ਜਿਹੜੀ ਸ਼ੂਗਰ ਮਿੱਲ ਆ ਨਾ ਜਿਹਦਾ ਸੀਰਾ ਜਿਹੜਾ ਸੀ ਉਹ ਲੀਕ ਹੋਇਆ ਸੀਗਾ ਉਹ ਮਿੱਲ ਅੱਜ ਵੀ ਬੰਦ ਪਈ ਤੁਸੀਂ ਜਾ ਕੇ ਵੇਖੋ ਵੇਖੋ ਕਈ ਵਾਰ ਵੇਖੋ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਹੁਣ ਵੇਖੋ ਕਿਸੇ ਜਾਨਵਰ ਦਾ ਕਿ ਜੀਵ ਦਾ ਮਰਨਾ ਜਿਹੜਾ ਅਸੀਂ ਉਹ ਇਨਸਾਨ ਇੱਕ ਮਿੰਟ ਹੁਣ ਨੋਟਿਸ 'ਚ ਲੇਟ ਆਇਆ ਹੋਵੇਗਾ ਜੇ ਹੁਣ ਤੁਸੀਂ ਵੇਖਿਆ ਜਾਂ ਸਾਡਾ ਅਸੀਂ ਵੇਖਿਆ ਇੱਥੇ ਆਏ ਹਾਂ ਜਾਂ ਅਫਸਰ ਸਮਾਨ ਬਰਸਾਤ ਹੋ ਰਹੀ ਆ ਸੋ ਇਹ ਜਿਹਾ ਕੰਮ ਜੇ ਹੋ ਗਿਆ ਤੇ ਉਹ ਠੀਕ ਹੋ ਜਾਏਗਾ ਇਹਨੂੰ ਜ਼ਿਆਦਾ ਇਸ਼ੂ ਨਾ ਬਣਾਇਆ ਕਰੋ ਜੀ ਚੀਜ਼ ਨੂੰ ਹੋ ਗਈ ਹੈ ਜੀ ਉਹ ਵੇਖੋ ਜੁਰਮਾਨਾ ਵੀ ਹੋ ਗਿਆ ਉਹਨਾਂ ਦੇ ਕੇਸ ਵੀ ਰਜਿਸਟਰਡ ਹੋ ਗਿਆ ਅਸੀਂ ਕੋਈ ਕਸਰ ਨਹੀਂ ਛੱਡੀ ਹੋ ਗਈ ਆ ਜੀ ਆਹ ਵੇਖੋ 9 ਅਗਸਤ ਉਹਨਾਂ ਦੀ ਡੇਟ ਆ ਅਦਾਲਤ 'ਚ ਉਹਨਾਂ ਦੀ 9 ਅਗਸਤ ਡੇਟ ਆ ਜੀ ਲੋਕ ਇਨਸਾਫ਼ ਪਾਰਟੀ ਦਾ ਸਿਮਰਨਜੀਤ ਸਿੰਘ ਬੈਂਸ ਵਰਗੇ ਨੂੰ ਜੀ ਅੱਜ ਧਮਕੀ ਆ ਗਈ ਜੀ ਜਾਨੋਂ ਮਾਰਨ ਦੀ ਧਮਕੀ ਦਾ ਕੈਨੇਡਾ ਤੋਂ ਇੱਕ ਪੱਤਰ ਆ ਨਸ਼ਾ ਕਹਿੰਦੇ ਨਸ਼ੇ ਦੇ ਖਿਲਾਫ ਬੋਲਦੇ ਉਹਦੇ ਖਿਲਾਫ ਵੇਖੋ ਗੱਲ ਆ ਜਿੰਨੀਆਂ ਮਰਜ਼ੀ ਧਮਕੀਆਂ ਹੋਣ ਨਸ਼ਾ ਤੇ ਜਿਹੜਾ ਪੰਜਾਬ ਨੂੰ CM ਸਾਹਿਬ ਨੇ ਇੱਕ ਪੱਕਾ ਇਰਾਦਾ ਬਣਾ ਲਿਆ ਤੁਹਾਨੂੰ ਪਤਾ ਉਹਨਾਂ ਦੀ ਸੋਚ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਸੋ ਇਹਦੇ 'ਚ ਜਿਹੜੀਆਂ ਵੀ ਪਾਰਟੀਆਂ ਸਹਿਯੋਗ ਦੇ ਰਹੀਆਂ ਮੈਂ ਸਮਝਦਾ ਉਹਨਾਂ ਦੀ ਬੜੀ ਵੱਡੀ ਮਿਹਰਬਾਨੀ ਵੇਖੋ ਗੱਲ ਆ ਹੁਣ ਧਮਕੀਆਂ ਜਿਹੜੀਆਂ ਨੇ ਅੱਜ ਦਾ ਸਿਲਸਿਲਾ ਨਹੀਂ ਚੱਲ ਰਿਹਾ ਤੁਸੀਂ ਵੇਖੋ ਜਦੋਂ ਪੰਜਾਬ 'ਚ ਏਡਾ ਵੱਡਾ ਅੱਤਵਾਦ ਸੀਗਾ ਪੰਜਾਬ ਨੇ 10 ਸਾਲ ਤੋਂ ਉੱਤੇ ਜਿਹੜਾ ਅੱਤਵਾਦ ਹੰਡਾਇਆ ਉਸ ਵੇਲੇ ਧਮਕੀਆਂ ਲੋਕਾਂ ਨੂੰ ਆਉਂਦੀਆਂ ਸੀ ਪਰ ਜਦੋਂ ਲੋਕਾਂ ਦਾ ਮਨ ਬਣ ਗਿਆ ਵੀ ਅਸੀਂ ਅੱਤਵਾਦ ਨੂੰ ਖਤਮ ਕਰਨਾ ਜਦੋਂ ਸਰਕਾਰ ਤਗੜੀ ਹੋਈ ਜਦੋਂ ਲੋਕਾਂ ਨੇ ਸਾਥ ਦਿੱਤਾ ਉਦੋਂ ਅੱਤਵਾਦ ਵੀ ਖਤਮ ਹੋ ਗਿਆ ਵੇਖੋ ਗੱਲ ਆ ਹੁਣ ਨਸ਼ਾ ਮੁਕਤ ਜਿਹੜਾ ਨਾ ਉਹ ਪੰਜਾਬ ਨੂੰ ਕਰਨਾ ਹੀ ਕਰਨਾ ਸਾਰਿਆਂ ਦੀ ਸੋਚ ਜਿਹੜੀ ਆ ਸਾਡੇ CM ਸਾਹਿਬ ਦੀ ਜਿਹੜੀ ਸੋਚ ਆ ਜਦੋਂ ਇਲੈਕਸ਼ਨ ਤੋਂ ਪਹਿਲਾਂ ਮੈਨੀਫੈਸਟੋ 'ਚ ਉਹਨਾਂ ਕਿਹਾ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਜੋ ਪਰਮਾਤਮਾ ਨੇ ਪਾਵਰ ਦਿੱਤੀ ਮੈਨੂੰ ਸਾਡੀ ਕਾਂਗਰਸ ਦੀ ਸਰਕਾਰ ਬਣੀ ਪੰਜਾਬ ਨੂੰ ਨਸ਼ਾ